ਸਤਿ ਸ਼੍ਰੀ ਅਕਾਲ ਸਾਰੇ ਹੀ ਵੀਰਾਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮੈਸਟਾਈਟਿਸ ਬਾਰੇ ਕਿ ਮੈਸਟਾਈਟਿਸ ਨੂੰ ਬਹੁਤ ਕਾਰਨ ਵੈਸੇ ਮੈਸਟਾਈਟਿਸ ਹੋਣ ਦੇ ਪਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਆਪਣੇ ਪਸ਼ੂ ਨੂੰ ਜਦੋਂ ਮੈਸਟਾਈਟਿਸ ਹੁੰਦੀ ਹੈ ਅਤੇ ਆਪਾਂ ਉਹਦਾ ਟ੍ਰੀਟਮੈਂਟ ਕਰਾ ਲੈਂਦੇ ਹਾਂ ਪਰ ਉਹ ਦੋ ਤਿੰਨ ਦਿਨ ਬਾਅਦ ਫਿਰ ਮੈਸਟਾਈਟਿਸ ਹੋ ਜਾਂਦੀ ਹੈ ਅਤੇ ਫਿਰ ਟ੍ਰੀਟਮੈਂਟ ਕਰਾਉਣੇ ਤਾਂ ਉਹਨੂੰ ਫਿਰ ਦੋ ਤਿੰਨ ਦਿਨ ਬਾਅਦ ਮੈਸਟਾਈਟਿਸ ਹੋ ਜਾਂਦੀ ਹੈ ਉੱਥੇ ਆਪਾਂ ਨੂੰ ਬਸ ਇੱਕ ਚੀਜ਼ ਵੱਲ ਗੌਰ ਕਰਨ ਦੀ ਗੌਰ ਕਰਨੀ ਪੈਣੀ ਹੈ ਕਿ ਮਾਈਕੋਟੋਕਸਿਨ ਬਾਰੇ ਜਿਹਨੂੰ ਆਪਾਂ ਲੀਰੋ ਕਹਿ ਦਿੰਦੇ ਹਾਂ ਵੀ ਆਪਣੀ ਜਿਹੜੀ ਫੀਡ ਪਾਉਂਦੇ ਹਾਂ ਜਿਵੇਂ ਮੱਕੀ ਦਾ ਚਾਰ ਪਾਉਂਦੇ ਹਾਂ ਆਪਾਂ ਜਿਵੇਂ ਆਪਣਾ ਪਾਣੀ ਪੀਂਦੇ ਜਿੱਥੋਂ ਪਸ਼ੂ ਵੀ ਉੱਥੇ ਕਿਤੇ ਆਪਣੇ ਉੱਲੀ ਤਾਂ ਨਹੀਂ ਲੱਗੀ ਵੀ ਇਹ ਉੱਲੀ ਦੋਸਤੋ ਇੱਕ ਬਹੁਤ ਵੱਡਾ ਕਾਰਨ ਆ ਮੈਸਟਾਈਟਿਸ ਦਾ ਇਹਦੇ ਨਾਲ ਪਸ਼ੂ ਨੂੰ ਵਾਰ ਵਾਰ ਮੈਸਟਾਈਟਿਸ ਆਉਂਦੀ ਰਹਿੰਦੀ ਹੈ ਅਤੇ ਆਪਾਂ ਟ੍ਰੀਟਮੈਂਟ ਕਰਾਉਂਦੇ ਰਹਿੰਦੇ ਹਾਂ ਅਤੇ ਪਰ ਆਪਾਂ ਨੂੰ ਇਹਦੀ ਜੜ੍ਹ ਦਾ ਨਹੀਂ ਪਤਾ ਲੱਗਦਾ ਦੋਸਤੋ ਜਦੋਂ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਇਹ ਬਿਮਾਰੀ ਮੈਸਟਾਈਟਿਸ ਸਾਡੇ ਵੀ ਫਾਰਮ 'ਤੇ ਵਾਰ ਵਾਰ ਆਉਂਦੀ ਸੀਗੀ ਪਰ ਅਸੀਂ ਟ੍ਰੀਟਮੈਂਟ ਕਰਾਉਂਦੇ ਰਹਿੰਦੇ ਕਿਉਂਕਿ ਅਸੀਂ ਅਣਜਾਣ ਸੀ ਪਰ ਜਦੋਂ ਮੈਂ ਵਾਰ ਵਾਰ ਦੇਖਿਆ ਵੀ ਆਪਾਂ ਸਾਰਾ ਕੁਛ ਸਹੀ ਕਰੀ ਜਾਂਦੇ ਹਾਂ ਜਿਹਦੇ ਨਾਲ ਮੈਸਟਾਈਟਿਸ ਦੇ ਜਿਵੇਂ ਕਹਿ ਦਿੰਦੇ ਆ ਕਿ ਪਸ਼ੂ ਨੂੰ ਜਦੋਂ ਆਪਾਂ ਧਾਰ ਚੋਣੀ ਉਦੋਂ ਬਾਅਦ ਪਸ਼ੂ ਬੈਠੇ ਨਾ ਅਤੇ ਆਪਾਂ ਪਸ਼ੂ ਬੈਠਣ ਦੇ ਲਈ ਆਪਾਂ ਉਹਦੇ ਟ੍ਰੀਟ ਵੀ ਡਿੱਪ ਕਰਦੇ ਹੁੰਦੇ ਸੀਗੇ ਅਤੇ ਪਰ ਜਦੋਂ ਮੈਂ ਬਾਅਦ 'ਚ ਇਹਦੀ ਪੜ੍ਹਿਆ ਇਹਦੇ ਬਾਰੇ ਵੀ ਪਤਾ ਲੱਗਿਆ ਵੀ ਇਹਦਾ ਉੱਲੀ ਰੋਗ ਨਾਲ ਵੀ ਮੈਸਟਾਈਟਿਸ ਵੀ ਵਾਰ ਵਾਰ ਆਉਂਦੀ ਰਹਿੰਦੀ ਹੈ ਅਤੇ ਜਾਂਦੀ ਨਹੀਂ ਫਿਰ ਜਦੋਂ ਮੈਂ ਆਪਣੀ ਫੀਡ ਮੈਂ ਵਰਤਦਾ ਸੀ ਉਦੋਂ ਕਿਸੇ ਕੰਪਨੀ ਦੀ ਮੈਂ ਉਹਦੇ ਫੀਡ 'ਤੇ ਉਹਦੀ ਡੇਟ ਦੇਖੀ ਉਹ ਜਿਵੇਂ ਦੋ ਦੋ ਢਾਈ ਢਾਈ ਮਹੀਨੇ ਪੁਰਾਣੀ ਹੁੰਦੀ ਸੀ ਵੈਸੇ ਫੀਡ ਜਦੋਂ ਤਰੀਕ ਤੋਂ ਬਣੀ ਹੋਵੇ ਉਦੋਂ 45 ਦਿਨਾਂ ਦੇ ਵਿੱਚ ਵਰਤਣੀ ਹੁੰਦੀ ਹੈ ਵੈਸੇ ਤਾਂ ਦੋਸਤੋ ਉੱਲੀ 10,000 ਤੋਂ ਜ਼ਿਆਦਾ ਤਰ੍ਹਾਂ ਦੀ ਉੱਲੀ ਹੁੰਦੀ ਹੈਗੀ ਪਰ ਆਪਣੇ ਇੰਡੀਆ ਦੇ ਵਿੱਚ 50 ਤਰ੍ਹਾਂ ਦੀ ਜ਼ਿਆਦਾ ਉੱਲੀ ਪਾਈ ਜਾਂਦੀ ਹੈ ਜਿਹ 'ਚੋਂ ਜ਼ਹਿਰੀਲੀਆਂ ਵੀ ਉੱਲੀਆਂ ਹੈਗੀਆਂ ਜਿਵੇਂ ਕਿ ਫਜੂਰੀਅਮ ਹੋ ਗਈ ਆਪਣੇ ਇੰਡੀਆ ਦੇ ਵਿੱਚ 25% ਅਨਾਜ ਉੱਲੀ ਦੇ ਨਾਲ ਹੀ ਖਰਾਬ ਹੋ ਜਾਂਦਾ ਜਿਵੇਂ ਕਣਕ ਹੋ ਗਈ ਗੋਦਾਮਾਂ 'ਚ ਪਈ ਉਹਨੂੰ ਫੀਡ ਫੈਕਟਰੀਆਂ ਖਰੀਦ ਲੈਂਦੀਆਂ ਅਤੇ ਮਾੜਾ ਸਮਾਨ ਵਰਤ ਕੇ ਪਸ਼ੂਆਂ ਨੂੰ ਪਾਈ ਜਾਂਦੀਆਂ ਅਤੇ ਇਹਦੇ ਨਾਲ ਬਹੁਤ ਬਿਮਾਰੀਆਂ ਆਉਂਦੀਆਂ ਜਿਵੇਂ ਕਿ ਜਿਹੜੇ ਮਾਈਕੋਟੋਕਸਿਨ ਹੁੰਦੇ 3 ਤਰ੍ਹਾਂ ਦੇ ਹੁੰਦੇ ਆ ਜਿਹੜਾ ਪਹਿਲਾਂ ਸਾਰਿਆਂ ਨਾਲ ਹਾਰਮਫੁੱਲ ਆ ਉਹ ਹੈਗਾ ਐਫਲਾਟੋਕਸਿਨ ਇਹ ਪਸ਼ੂਆਂ ਨਾਲੋਂ ਜ਼ਿਆਦਾ ਆਪਾਂ ਨੂੰ ਵੀ ਬਹੁਤ ਖਤਰਨਾਕ ਆ ਇਹ ਲਿਵਰ ਦਾ ਕੈਂਸਰ ਵੀ ਫੈਲਾਉਂਦਾ ਗਾ ਐਫਲਾਟੋਕਸਿਨ ਆ ਜਿਹੜਾ ਇਹ ਦੁੱਧ ਦੀ ਕੁਆਲਿਟੀ ਵੀ ਖਰਾਬ ਕਰਦਾ ਅਤੇ ਮੈਸਟਾਈਟਿਸ ਵੀ ਪਸ਼ੂ ਨੂੰ ਕਰਦਾ ਅਤੇ ਇਹਦੇ ਨਾਲ ਪਸ਼ੂ ਨੂੰ ਬਿਮਾਰੀਆਂ ਲੜਨ ਦੀ ਸ਼ਕਤੀ ਵੀ ਘੱਟ ਜਾਂਦੀ ਹੈ ਅਤੇ ਇਹਦੇ ਨਾਲ ਪਸ਼ੂ ਵਾਰ ਵਾਰ ਬੱਚਾ ਵੀ ਸਿੱਟਣ ਲੱਗ ਜਾਂਦਾ ਗਾ ਆਪਣੇ ਹੁਣ ਦੋਸਤੋ ਜਿਹੜੇ ਮੈਂ ਐਲਫਾਟੋਕਸਿਨ ਦੀ ਫੀਡ ਦੇ ਵਿੱਚ 20 PPP ਤੋਂ ਜ਼ਿਆਦਾ ਨਹੀਂ ਵੱਧ ਹੋਣਾ ਚਾਹੀਦਾ ਜੋ ਕਿ ਗੌਰਮੈਂਟ ਵੱਲੋਂ ਮਨਜ਼ੂਰ ਆ ਅਤੇ ਜਿਵੇਂ ਕਿ 20 PPP ਦਾ ਮਤਲਬ ਕਿ 20 mg ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿਹੜਾ ਫਲਾਟੋਕਸਿਨ ਹੁੰਦਾ ਇਹ ਦੁੱਧ ਵਿੱਚ ਜਿਵੇਂ B1 ਦੀ ਤਰ੍ਹਾਂ ਹੁੰਦਾ ਜਾਂ B2 ਜਾਂ G1 ਜਾਂ G2 ਦੀ ਤਰ੍ਹਾਂ ਹੁੰਦਾ ਜੇ ਆਪਾਂ B1 ਜਾਂ B2 ਨੂੰ UV ਰੇਜ਼ ਦੇ ਨਾਲ ਆਪਾਂ ਦੇਖਾਂਗੇ ਤਾਂ ਇਹਦਾ ਬਲੂ ਕਲਰ ਹੁੰਦਾ ਅਤੇ G1 ਅਤੇ G2 ਦਾ ਗ੍ਰੀਨ ਕਲਰ ਹੁੰਦਾ ਪਰ ਇਹਨਾਂ ਦੇ ਵਿੱਚੋਂ G1 ਹੈਗਾ ਜਿਹੜਾ ਉਹ ਜ਼ਿਆਦਾ ਹਾਰਮਫੁੱਲ ਆ ਇਹਨੂੰ ਲਿਵਰ ਇੰਜਾਈਮ ਵੀ ਕਹਿ ਦਿੰਦੇ ਹਾਂ ਜਦੋਂ B1 ਇਹ ਪਸ਼ੂ ਦੇ ਅੰਦਰ ਜਾਂਦਾ ਇਹ ਜੇ ਮਤਲਬ ਕਿ B1 100 μg ਪਸ਼ੂ ਦੇ ਵੀ ਅੰਦਰ ਜਾਂਦਾ ਨਾ ਇਹ 5% M1 ਨੂੰ ਇਹ ਜਨਮ ਦਿੰਦਾ ਅੰਦਰ ਪਸ਼ੂ ਦੇ ਵਿੱਚ ਜਿਹੜਾ ਕਿ ਬਹੁਤ ਹੀ ਖਤਰਨਾਕ ਆ ਜਿਹਦੀ ਆਪਣੀ ਦੁੱਧ ਦੇ ਵਿੱਚ ਗੌਰਮੈਂਟ ਵੱਲੋਂ 0.5 PPP ਲਿਮਿਟ ਰੱਖੀ ਗਈ ਹੈ ਜੇ ਇਸ ਤੋਂ ਜ਼ਿਆਦਾ ਹੋਵੇ ਤਾਂ ਉਹ ਸਿਹਤ ਲਈ ਹਾਨੀਕਾਰਕ ਆ ਜਿਹੜਾ ਇਹ ਮਾਈਕੋਟੋਕਸਿਨ ਆ ਨਾ ਇਹ ਹੀਟ ਰੈਸਿਸਟੈਂਸ ਵੀ ਹੈ ਮਤਲਬ ਕਿ ਜੇ ਆਪਾਂ ਦੁੱਧ ਨੂੰ ਉਬਾਲ ਕੇ ਪੀਵਾਂਗੇ ਇਹ ਫਿਰ ਵੀ ਨਹੀਂ ਦੁੱਧ 'ਚੋਂ ਜਾਂਦਾ ਇਹਦੇ ਨਾਲ ਕੈਂਸਰ ਹੋਣ ਦਾ ਬਹੁਤ ਜ਼ਿਆਦਾ ਚਾਂਸ ਆ ਸੋ ਦੋਸਤੋ ਜੇ ਆਪਣੇ ਵਾਰ ਵਾਰ ਫਾਰਮ 'ਤੇ ਮੈਸਟਾਈਟਿਸ ਆਉਂਦੀ ਹੈ ਨਾ ਤਾਂ ਆਪਾਂ ਨੂੰ ਆਪਣੇ ਫੀਡ ਦੀ ਡੇਟ ਜਾਂ ਫੀਡ ਜਿੱਥੋਂ ਬਣਾਉਣੇ ਆ ਉਹ ਅਨਾਜ ਸਾਰਾ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਅਤੇ ਆਪਣਾ ਜਿਹੜਾ ਚਾਰ ਪਾਉਣੇ ਆ ਉਹ 'ਚ ਦੇਖਣਾ ਚਾਹੀਦਾ ਵੀ ਕਿਤੇ ਉੱਲੀ ਤਾਂ ਨਹੀਂ ਲੱਗੀ ਵੀ ਅਤੇ ਹੋਰ ਬਾਕੀ ਆਪਾਂ ਜਿੱਥੇ ਪਾਣੀ ਜਿਵੇਂ ਖੇਲਾਂ ਹੁੰਦੀਆਂ ਉਹਨਾਂ ਦੀ ਵਾਰ ਵਾਰ ਸਫਾਈ ਕਰਨੀ ਚਾਹੀਦੀ ਆ ਤਾਂ ਜੋ ਉਹ 'ਚ ਵੀ ਉੱਲੀ ਨਾ ਲੱਗ ਸਕੇ ਇਹ ਪਸ਼ੂ ਦਾ ਬਹੁਤ ਹੀ ਮੇਨ ਕਾਰਨ ਬਣਦਾ ਗਾ ਜਿਹਦੇ ਨਾਲ ਆਪਣਾ ਸਾਰਾ ਕੰਮ ਹੀ ਡਾਊਨ ਪੈ ਜਾਂਦਾ ਅਤੇ ਉਹ ਆਪਾਂ ਨੂੰ ਦੋਸਤੋ ਵਾਰ ਵਾਰ ਆਪਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਵੀ ਆਪਾਂ ਨੂੰ ਕੋਈ ਪਸ਼ੂ ਜਿਹੜੀ ਵੀ ਚੀਜ਼ ਪਾਉਣੀ ਉਹ 'ਚ ਉੱਲੀ ਤਾਂ ਨਹੀਂ ਆ ਰਹੀ ਉੱਲੀ ਇਹ ਦੋਸਤੋ ਕਈ ਵਾਰ ਅੱਖਾਂ ਨਾਲ ਆਪਾਂ ਨੂੰ ਦਿਸਦੀ ਨਹੀਂ ਇਹ ਆਪਾਂ ਨੂੰ ਜਾਂ ਯੂਨੀਵਰਸਿਟੀ 'ਚੋਂ ਆਪਾਂ ਨੂੰ ਚੈੱਕ ਕਰਵਾਉਣੀ ਚਾਹੀਦੀ ਆ ਫੀਡ 'ਚ ਵੀ ਉੱਲੀ ਤਾਂ ਨਹੀਂ ਆ ਰਹੀ ਜਿਹੜੀ ਅੱਖਾਂ ਅੱਗੇ ਆਪਾਂ ਨੂੰ ਦਿਸਦੀ ਆ ਉਹ ਤਾਂ ਜ਼ਿਆਦਾ ਤੋਂ ਜ਼ਿਆਦਾ ਖਤਰਨਾਕ ਹੁੰਦੀ ਆ ਪਰ ਜਿਹੜੀ ਦਿਸਦੀ ਨਹੀਂ ਉਹ ਵੀ ਪਸ਼ੂ ਲਈ ਹਾਨੀਕਾਰਕ ਹੀ ਹੁੰਦੀ ਆ ਆਪਾਂ ਟੌਕਸੀ ਬਾਈਂਡਰ ਹੁੰਦਾ ਜਿਹੜਾ ਉਹ ਵੀ ਪਸ਼ੂਆਂ ਨੂੰ ਆਪਾਂ ਪਾ ਸਕਦੇ ਹਾਂ ਜਾਂ ਉੱਲੀ ਤੋਂ ਬਚਾ ਸਕੇ ਪਰ ਆਪਾਂ ਨੂੰ ਉੱਲੀ 'ਤੇ ਮਾਰ ਕੇ ਗੌਰ ਕਰਨ ਦੀ ਕਿਉਂਕਿ ਤੂੜੀ 'ਚ ਵੀ ਕਈ ਵਾਰ ਉੱਲੀ ਆ ਜਾਂਦੀ ਆ ਆਪਾਂ ਉਹ 'ਤੇ ਗੌਰ ਕਰਨੀ ਚਾਹੀਦੀ ਹੈ ਤਾਂ ਜੋ ਆਪਾਂ ਮੈਸਟਾਈਟਿਸ ਤੋਂ ਬਚ ਸਕੀਏ ਇਹ ਪਸ਼ੂਆਂ ਦੇ ਜੋ ਬਿਮਾਰੀਆਂ ਲੜਨ ਦੀ ਸ਼ਕਤੀ ਹੈ ਉਹ ਵੀ ਘਟਾ ਦਿੰਦੀ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਗਾ ਸੋ ਵੀਰੋ ਮੈਸਟਾਈਟਿਸ ਦਾ ਇੱਕ ਮੇਨ ਕਾਰਨ ਆ ਵੀ ਹੈ
ਤੇ ਉਹ ਉੱਲੀ ਆਪਾਂ ਦੇਖ ਕੇ ਪਾਈਏ, ਆਪਾਂ ਉੱਲੀ ਚੈੱਕ ਨਹੀਂ ਕਰਦੇ, ਚਾਰ 'ਚ ਵੀ ਬਹੁਤ ਜਲਦੀ ਉੱਲੀ ਲੱਗਦੀ ਸਹੀ ਤਰ੍ਹਾਂ ਚਾਰ ਨਾ ਪਿਆ ਹੋਵੇ। ਤੇ ਵੀਰੋ ਸਰ ਉੱਲੀ 'ਤੇ ਧਿਆਨ ਦੇਣ ਦੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਤੇ ਐਂਡ 'ਤੇ ਵੀਰੋ ਮੈਂ ਇਹੀ ਕਹੂੰਗਾ, ਜੇ ਵਾਰ ਵਾਰ ਮਸਟੈਟਸ ਹੁੰਦੀ ਆ ਤਾਂ ਆਪਾਂ ਨੂੰ ਆਪਣੇ ਜੋ ਫੀਡ ਪਾਉਣੇ ਆ ਸਾਰੇ ਚਾਰ ਪਾਉਣੇ ਆ, ਉਹ ਆਪਾਂ ਨੂੰ ਉੱਲੀ ਚੈੱਕ ਕਰਨੀ ਚਾਹੀਦੀ ਹੈ। ਅਤੇ ਹੁਣ ਮੈਂ ਵੀਡੀਓ ਖਤਮ ਕਰਦਾ, ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।